ਕਰ ਦਰਸ਼ਨ ਇੱਕ ਬੱਚੇ ਨੂੰ ਆਪਣੇ ਜਨਮ ਦਿਨ ਦਾ ਬਹੁਤ ਹੀ ਚਾਅ ਹੁੰਦਾ ਹੈ, ਪਰ ਰਾਮਪੁਰਾ ਫੂਲ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ। ਜੀ ਹਾਂ, ਇੱਕ 10 ਸਾਲਾਂ ਦੀ ਬੱਚੀ ਜਿਸ ਦਿਨ ਉਸਦਾ ਜਨਮ ਦਿਨ ਸੀ ਉਸੇ ਹੀ ਦਿਨ ਉਹ ਰੱਬ ਨੂੰ ਪਿਆਰੀ ਹੋ ਗਈ। ਬੀਤੀ ਰਾਤ ਜਦੋਂ ਬੱਚੀ ਬਾਹਰ ਵਿਹੜੇ ਵਿੱਚ ਸੁੱਤੀ ਸੀ ਤਾਂ ਕੂਲਰ ਦੀ ਹਵਾ ਕਰਕੇ ਉਸ ਨੂੰ ਠੰਡ ਲੱਗੀ ਤਾਂ ਉਹ ਉੱਠ ਕੇ ਅੰਦਰ ਜਾ ਕੇ ਸੋ ਗਈ। ਬੈੱਡ ਉੱਤੇ ਪਹਿਲਾਂ ਤੋਂ ਹੀ ਇੱਕ ਸੱਪ ਮੌਜੂਦ ਸੀ। ਸੱਪ ਵੱਲੋਂ ਉਸ ਨੂੰ ਡੰਗ ਲਿਆ ਗਿਆ। ਜਦੋਂ ਉਸ ਨੂੰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਇਹ ਤਸਵੀਰਾਂ ਉਸ ਬੱਚੀ ਦੀਆਂ ਹੀ ਨੇ, ਖੁਸ਼ੀ ਜਨਮ ਦਿਨ ਦੀ ਸੋਗ ਵਿੱਚ ਬਦਲ ਗਈ। ਨਾ ਸਾਨੂੰ